ਕੀ ਨਾਮ ਤੁਹਾਡਾ ਜੀ? ਗਗਨਦੀਪ ਸ਼ਰਮਾ, ਚੇਅਰਮੈਨ ਸੰਗਾਲਾ ਸੋਸ਼ਲ ਵੈਲਫੇਅਰ ਸੁਸਾਇਟੀ। ਸ਼ਰਮਾ ਜੀ, ਜੇ ਬੱਸ ਅੱਡੇ ਆਪਾਂ ਖੜੇ ਹਾਂ, ਨਵਾਂ ਬੱਸ ਅੱਡਾ ਜੋ ਨਾਮ ਦਾ ਹੀ ਬੱਸ ਅੱਡਾ ਕਹਿ ਸਕਦੇ ਹਾਂ, ਪਸ਼ੂ ਘਰ ਆ, ਗੰਦਗੀ ਦੇ ਢੇਰ ਲੱਗੇ ਨੇ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬੱਸ ਸਟੈਂਡ ਦੇ ਤੌਰ 'ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਇੰਫਰਾਸਟ੍ਰਕਚਰ ਵੀ ਦਿੱਤਾ, ਦੁਕਾਨਾਂ ਵਗੈਰਾ ਬਣਾਈਆਂ, ਪਰ ਸਿੱਧੇ ਸਿੱਧੇ ਤੌਰ 'ਤੇ ਸਮਰਾਲੇ ਸ਼ਹਿਰ ਦੇ ਲੀਡਰਾਂ ਦੀ ਨਲੈਕੀ ਕਰਕੇ, ਪ੍ਰਸ਼ਾਸਨ ਦੀ ਨਲੈਕੀ ਕਰਕੇ ਅੱਜ ਇਹ ਇੱਕ ਖੰਡਰ ਅਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਿਹਾਇਸ਼, ਲੇਬਰ ਵਗੈਰਾ, ਡੰਗਰਾਂ ਦੇ ਲਈ, ਅਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਅਤੇ ਬਿਲਡਿੰਗ ਖੰਡਰ ਹੋ ਚੁੱਕੀ ਆ। ਆ ਦੁਕਾਨਾਂ ਦੇ ਜਿੰਨੇ ਵੀ, ਜਿਨ੍ਹਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਵਧੀਆ ਆਮਦਨ ਹੋਣੀ ਸੀ, ਸ਼ਹਿਰ ਦੀ ਇੱਕ ਡਿਵੈਲਪਮੈਂਟ ਹੋਣੀ ਸੀ, ਲੋਕਾਂ ਨੂੰ ਰੁਜ਼ਗਾਰ ਮਿਲਣੇ ਸੀ, ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਛ ਨਹੀਂ ਹੈਗਾ। ਸੋ ਬੜੀ ਮੰਦਭਾਗੀ ਗੱਲ ਹੈ ਅਤੇ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਘਰ ਤੱਕ ਨਗਰ ਕੌਂਸਲ ਦੀ ਪਹੁੰਚ ਨਹੀਂ ਕਰਦੀ। ਦੇਖੋ, ਇਹ ਆਪਣੇ ਆਪ ਦੇ ਵਿੱਚ ਇੱਕ ਰਾਜ ਦੇ ਇਤਿਹਾਸ ਹੋ ਜਾਣੀ, ਦੋਵੇਂ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ। ਇਹ ਕੋਈ ਤਰੀਕਾ ਨਹੀਂ ਹੈਗਾ, ਨੁਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹੋ ਜਿਹੀ ਗੱਲ ਦੇ ਲਈ ਧਿਆਨ 'ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ। ਮਤਲਬ ਕੋਈ ਕਿਸੇ, ਮੰਨ ਲਓ ਕੋਈ ਜੁਰਮ ਹੋ ਰਿਹਾ, ਕੋਈ ਲੁਕਮਾ ਛਿਪਾਵਾਂ ਹੋ ਰਿਹਾ, ਉਹੋ ਜਿਹੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੁਮਾਇੰਦਿਆਂ ਕੋਲ। ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰੋਪਰਟੀ ਪਈ ਆ, ਨਵੇਂ ਬੱਸ ਸਟੈਂਡ ਦਾ ਸਭ ਨੂੰ ਪਤਾ। ਮੌਜੂਦਾ ਸਰਕਾਰ ਦੇ ਨੁਮਾਇੰਦੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ, ਇਸ ਇਸ਼ੂ ਨੂੰ ਲੈ ਕੇ ਇਲੈਕਸ਼ਨ ਲੜੀ ਆ। ਇਸ ਇਸ਼ੂ 'ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਸ ਇਸ਼ੂ ਨੂੰ ਰੇਜ਼ ਕੀਤਾ ਕਿ ਇਹ ਬਹੁਤ ਮਾੜੀ ਹਾਲਤ ਦੇ ਵਿੱਚ ਆ, ਔਰ ਅੱਜ 2.5-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ, ਈਵਨ ਕਿ ਮੇਰੇ ਇੱਥੇ ਸਮਰਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ, ਪਰ ਕੋਈ ਹੱਲ ਨਹੀਂ, ਕੋਈ ਗੱਲ ਨਹੀਂ। ਫਿਰ ਉਹ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆਇਆ, ਇਹ ਤੋਂ ਵੱਧ ਮੰਦਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਕਦੀ। ਇੱਕ ਗੱਲ ਕਹੀ ਵੀ ਨਗਰ ਕੌਂਸਲ ਇਸ ਵੱਲ ਧਿਆਨ ਨਾ ਦੇਣਾ, ਪਸ਼ੂ ਘਰ ਬਣਨ ਦੇ ਕੋਈ ਚੱਕਰ ਨਹੀਂ, ਪਰ ਵਿਕਾਸ ਵੱਲ ਦੇਖਣ ਨਾ ਦੇਖਣਾ, ਇਹ ਨਗਰ ਕੌਂਸਲ ਦੀ 17 MC ਆ, ਉਹਨਾਂ ਜ਼ਿੰਮੇਵਾਰੀ ਬਣਦੀ ਹੈ। ਜ਼ਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ, ਅਗਲੀ ਵਾਰ ਨੂੰ ਜਦੋਂ ਵੀ ਕਿਤੇ ਇਹ ਉਹਨਾਂ ਦੇ ਦਰਬਾਰ ਦੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ, ਉਹਨਾਂ ਦੇ ਨੁਮਾਇੰਦੇ ਬਣ ਕੇ, ਤਾਂ ਉਹਨਾਂ ਨੂੰ ਸਵਾਲ ਕਰਨ, ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ 'ਤੇ ਭੇਜਣ, ਕਿਉਂਕਿ ਇਹ ਹੁਣ ਇਸ ਲਾਇਕ ਤਾਂ ਰਹੇ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ, ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ। ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ। ਜਦੋਂ ਫੋਕੀ ਚੌਧਰ ਲਈ ਗਈ ਲੀਡਰੀ ਕਰਨੀ ਆ, ਫਿਰ ਉਹ ਲੋਕਾਂ ਦਾ ਤਾਂ ਉਹਦੇ 'ਚ ਕਾਣ ਹੋਊਗਾ ਹੀ, ਤੇ ਫਿਰ ਨਤੀਜਾ ਤੁਹਾਡੇ ਸਾਹਮਣੇ। ਦੇਖੋ ਜੀ, ਉਹ ਬਣਾਇਆ ਤਾਂ ਪੈਸੇ ਕੀ ਚਲਾਉਣ ਵਾਸਤੇ, ਦੇਖੋ ਜੇ ਰੁਪਈਆ ਲੱਗਿਆ ਉਹਦੇ ਉੱਪਰ, 1,00,000 ਰੁਪਈਆ ਲੱਗਿਆ, ਤਾਂ ਆਪਾਂ ਸਾਰਾ ਇਹ ਜਾਣਦੇ ਹਾਂ ਵੀ ਉਹਨੂੰ ਛਿੱਟੀ ਚਲਾਉਣਾ ਵੀ ਬਣਦਾ, ਕਿਉਂਕਿ ਜਿੱਥੇ 1,00,000 ਰੁਪਈਆ ਸੀ ਉਹਦੇ ਉੱਪਰ ਲਾਇਆ, ਉੱਥੇ 1,00,000 ਰੁਪਏ ਦੀ ਆਮਦਨ ਵੀ ਸਾਨੂੰ ਸਾਲ ਦੀ ਆਉਣੀ ਆ, ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ, ਅਤੇ ਇਹ ਛਿੱਟੀ ਚਲਾਉਣਾ ਬਣਦਾ। ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ, ਉੱਥੇ ਅੱਜ ਇੰਨੀ ਮਾੜੀ ਹਾਲਤ ਆ, ਉੱਥੇ ਅਵਾਰਾ ਪਸ਼ੂ ਫਿਰਦੇ ਨੇ, ਅਤੇ ਲੇਬਰ ਬੈਠੀ ਆ, ਪਤਾ ਨਹੀਂ ਕਿਹਦੀ ਬੈਠੀ ਆ, ਉਹ ਸਾਰਾ ਦੇਖ ਕੇ ਦੁੱਖ ਹੁੰਦਾ ਵੀ ਜੇ 1,00,000 ਰੁਪਈਆ ਲਾਇਆ ਉਹਦੇ ਉੱਪਰ ਤਾਂ ਚਲਾਇਆ ਕਿਉਂ ਨਹੀਂ, ਜੇ ਚਲਾਉਣਾ ਨਹੀਂ ਸੀਗਾ ਫਿਰ 1,00,000 ਰੁਪਈਆ ਲਾਇਆ ਕਰਦੇ। ਮੇਰੇ ਨਾਲ ਕੋਈ ਇਸ ਤਰ੍ਹਾਂ ਪਹੁੰਚ ਤਾਂ ਹੋਈ ਨਹੀਂ ਕਿ ਮੈਂ ਬਤੌਰ ਸਰਕਾਰ ਦੇ ਮੈਂ ਕਹਾਂ ਵੀ ਜੇ ਇਹਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ 'ਚ, ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ, ਤਾਂ ਮੈਂ ਨਾਲ ਇਹਨਾਂ ਦੇ ਖੜਾ। ਪਰ ਗੱਲ ਇਹ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ, ਤਾਂ ਜੋ ਰੋਜ਼ਗਾਰ ਮਿਲੇ ਲੋਕਾਂ ਨੂੰ ਅਤੇ ਇੱਕ ਵਧੀਆ ਆਮਦਨ ਆਵੇ ਨਗਰ ਵਸੋਂ ਸੰਭਾਲਣ ਨੂੰ।
ਪ੍ਰਵਾਸੀ ਮਜ਼ਦੂਰਾਂ ਦੇ ਜੀਵਨ ਰਹਿਣ ਦਾ ਅੱਡਾ ਬਣ ਚੁੱਕੇ ਆ ਅਤੇ ਕੰਨਗੇ ਢੇਰ ਲੱਗੇ ਕਿਤੇ ਬੱਤੇ ਰੱਖ ਨਹੀਂ ਹੋਣੇ ਕੀ ਕਹਿਣਾ। ਹਾਂ ਜਿਹੜਾ ਇਹ ਬੱਸ ਅੱਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ, ਅੱਜ ਕੱਲ੍ਹ ਨਹੀਂ ਹੋ ਰਿਹਾ ਕਿਉਂਕਿ ਬੱਸਾਂ ਆਪਣੇ ਬਾਈਪਾਸ ਬਣ ਚੁੱਕਿਆ, ਪਰ ਜਿਹੜਾ ਉੱਥੇ ਪ੍ਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਵਸੇਰਾ ਬਣਿਆ ਉੱਥੇ ਕੁਛ ਲੋਕ ਆ ਕੇ ਰਹਿ ਰਹੇ ਆ, ਅਤੇ ਬਾਕੀ ਸਾਫ਼ ਸਫਾਈ ਦੀ ਵੀ ਕੁਛ ਲੋੜ ਹੈਗੀ ਆ, ਉਹਨੂੰ ਅਸੀਂ ਕੁਛ ਦਿਨਾਂ ਵਿੱਚ ਹੀ ਉਹਨਾਂ ਨੂੰ ਇੰਪਰੂਵ ਕਰ ਦੇਵਾਂਗੇ, ਤਾਂ ਕਿ ਅਸੀਂ ਉਹਦੇ ਇੱਕ ਟੋਇਲਟ ਹੋਰ ਵੀ ਬਣਾਉਣ ਜਾ ਰਹੇ ਹਾਂ। ਅਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਹਾਂ ਵੀ ਉਹ ਜਿੰਮਣੀਆਂ ਨੇ ਕਿਹੜੀਆਂ ਹੈਗੀਆਂ। ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸੰਬੰਧ ਨਗਰ ਕੌਂਸਲ ਨਾਲੋਂ ਰੋਡਵੇਜ਼ ਡਿਪਾਰਟਮੈਂਟ ਨਾਲ ਜ਼ਿਆਦਾ ਹੈ, ਕਿਉਂਕਿ ਬੱਸਿਸ ਮੇਨਲੀ ਉਹਨਾਂ ਦੇ ਕੰਟਰੋਲ 'ਚ ਹੁੰਦੀਆਂ ਨੇ। ਅਤੇ ਜਿਹੜਾ ਬੱਸ ਅੱਡਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਉਹਨਾਂ 'ਚ, ਅਤੇ ਹੁਣ ਜਦੋਂ ਤੋਂ ਬਾਈਪਾਸ ਬਣਿਆ ਅਤੇ ਉਹਦਾ ਥੋੜ੍ਹਾ ਜਿਹਾ ਬੱਸਾਂ ਬਾਹਰੋਂ ਬਾਹਰ ਨਿਕਲ ਰਹੀਆਂ ਨੇ, ਅਤੇ ਅਸੀਂ ਉਹਦੇ ਨਾਲ ਵੀ ਰੋਡਵੇਜ਼ ਨਾਲ ਵੀ ਸੰਪਰਕ ਕਰਕੇ ਦੇਖਦੇ ਹਾਂ ਵੀ ਕੀ ਕਰ ਸਕਦੇ ਹਾਂ।